அந்த கண்ட்ரோல் பண்ண வா சோடிங்க அந்த மெஹர்பானி கிரேசன் வா அந்த கண்ட்ரோல் கிரேசன் சையத் ப்ரொஃபசர் சையத் அத்தா நக்வி புலாக் வையல் கஜா கர் கேன் உந்த அஜ் ராத் 11 பஜே கர் பலா ஸ்ரீ ஜனாதா வசி ஏக கால் தி மஜ்லிஸ் தௌரான ஜலூஸ் முகலான மலே ঠিক ত্রয় তু চার মালিক মোহাম্মদ সকলান ঘলু পারছেন 13 মুহররম কো হি বারগা মজলিসে আওসি বাবা সৈয়দুল বাদশা সাহেব বর্ষি মজলিসে উসি কিবলা মোহাম্মদ সকলান ঘলু সাহেব সৈয়দ মালিক ইয়াউমিদ্দিন ইয়াকা নাবুদু ওয়া ইয়াকা নাস্তাইন ইহদিনাস সিরাতাল মুস্তাকিম সিরাতাল লাযীনা আনআমত আলাইহিম গায়রিল মাগদুবি আলাইহিম ওয়ালা যাল্লিন اللهم بس ثواب هذه السورة وهذا المجلس إلى أرواح المؤمنين والمؤمنات واجعل الجنة مثواهم واحشرهم مع النبي والأئمة الطيبين الطاهرين المعصومين مولا تمام مزداران پورا آیا سب دے دعائیں مستجاب فرمائیں بالخصوص مختار حسین صاحب دے تحفے خات اضافہ کرنا شیعہ سنی کو اتفاق اتحادی دولت نال مالا سرکار زمانہ دا ظہور فرما ربنا تقبل منا انک انت السمیع العلیم صلوات بر محمد و آل محمد أعوذ بالله من الشيطان الرجيم بسم الله الرحمن الرحيم صلاة قال هادينا المعصوم كلنا محمد صلاة ہوں تو میں وہ پڑھی کی تھی بسم اللہ سر تھکا ہوئے یار ہوئے پیا جی میں ہے چلو یار بزرگ آدمی کو خالی نہیں کریں گے درود بھیجو محمد والے محمد اعوذ باللہ من الشیطان الرجیم بسم اللہ الرحمن الرحیم الصلوات وأجرى دموع أعيننا في مساء ابن الحسين لاه پومن داڑھیاں پتراں دیاں صدقے غم دے کوئی غم نہ دے کر لاہے پومن داڑھیاں پتراں دی
ਮਾਂ ਪਿਓ ਕੋ ਮਿਲਦਾ ਹੈ ਚੈਨੇ ਬਦ ਨਜ਼ਰ ਕੋਲੋਂ ਮਹਫੂਜ਼ ਰਹਵੇਂ ਦੇਂਦੀ ਢੇਰ ਦੁਆਈ ਰੋਂਦੀ ਤਾਈਆ ਗਾਲ ਸ਼ਬੀਰ ਦੇ ਪੁੱਤਰ ਅਲੀ ਅਕਬਰ ਦਾ ਤੇ ਨਾਹੀ ਵਾਲ ਦਾ ਮੁੱਲਦਾਰ ਨੇ ਜਿਹੜੇ ਮਸਾਇਬ ਸੁਣਨ ਆਏ ਬੈਠੇ ਹੋ ਹੱਸ ਕਿਆ ਮਜਬੂਰੀ ਚੀਂਦੇ ਕੋ ਬਦੀ ਤਾ ਤੁਲਹਨਾ ਅਕਬਰ ਤੇਰੀ ਜਵਾਨੀ ਬਗੈਰ ਮੇਰੇ ਨਾਨੇ ਦਾ ਦੀਨ ਨਹੀਂ ਬਚਦਾ ਲਹਿ 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 ਡਾੜੀਆਂ ਪੋਵੇਂ ਪੁੱਤਰ ਮਾਂ ਪਿਓ ਕੋ ਮਿਲਦੇ ਚੈਨੇ ਬਦ ਨਜ਼ਰ ਕੋਲੋਂ ਮਹਫੂਜ਼ ਰਹਵੇਂ ਦੇਂਦੀ ਢੇਰ ਦੁਆਈ ਸ਼ਬੀਰ ਦੇ ਪੁੱਤਰ ਅਲੀ ਅਕਬਰ ਦਾ ਨਹੀਂ ਵਾਲ ਦਾ ਮੁੱਲ ਦਾ ਰਹੇ ਨੇ ਹੱਸ ਕਿਆ ਮਜਬੂਰੀ ਜੀਂਦੇ ਕੋ ਬਦੀ ਤਾ ਤੁਲਹਨਾ ਸਦਕੇ ਥੀਵਾਂ ਬਹੁ ਅਕੀਦਤ ਤੇ ਤੁਹਾਡੀ ਸਾਹਿਬ ਆਲੇ ਮੁਹੰਮਦ ਨਾਲ ਔਰ ਪਾਕ ਸ਼ਹਿਜ਼ਾਦੀ ਤੁਹਾਡੀ ਅਕੀਦਤ ਪਸੰਦ ਫਰਮਾਵਨ ਨਜ਼ਰ ਬਦ ਤੋਂ ਮਹਫੂਜ਼ ਰਹੋ ਅਕਬਰ ਸ਼ਬੀਹ ਰਸੂਲ ਹੋਣ ਦੀ ਵਜ੍ਹਾ ਤੋਂ ਪੂਰੇ ਪਾਕ ਵਿਹੜੇ ਦੀਆਂ ਅੱਖੀਂ ਦਾ ਤਾਰਾ ਹਾ ਨਿਗਾਹੀਂ ਦਾ ਮਰਕਜ਼ ਹਾ ਪੂਰਾ ਘਰ ਇਨ ਸ਼ਹਿਜ਼ਾਦੇ ਨਾਲ ਵਾਲੇ ਹਨ ਮੁਹੱਬਤ ਕਰੇ ਲੇਕਿਨ ਜਿਹੜੀ ਮੁਹੱਬਤ ਚਾਰ ਹਸਤੀਆਂ ਕੋ ਹੈ ਨਾ ਇਹਨਾਂ ਦਾ ਤਾਂ ਅਕਬਰ ਬਗੈਰ ਪਲ ਨਹੀਂ ਲੰਘਦਾ ਇੱਕ ਲਾਜ਼ਾ ਜੋ ਅਕਬਰ ਅੱਖੀਂ ਚੋਂ ਗਾਇਬ ਹੋਵੇ ਨਾ ਅੱਖੀਂ ਚੋਂ ਇਹ ਪੁੱਛਦੇ ਵਧਦੇ ਹਨ ਅਕਬਰ ਕਿੱਥੇ ਪੁੱਛੇ ਨਾ ਬੈਠੇ ਅਕਬਰ ਕਿਹੜੇ ਲਿਆ ਸੀ ਪਹਿਲੀ ਪਹਿਲੀ ਪਾਲਣ ਵਾਲੀ ਫੁੱਫੀ ਜੇ 18 ਸਾਲ ਸ਼ਬੀਹ ਰਸੂਲ ਕੋ ਪਾਲੇ ਤੇ ਕੋਈ ਏਡੀ ਮੁਹੱਬਤ ਹੈ ਅਕਬਰ ਜੋ ਕਹਿਣ ਲੈ ਵੰਨੀ ਹਾ ਨਾ ਬਾਜ਼ਾਰ ਜਾਂ ਮਹੱਲੇ ਗਲੀਏ ਚ ਬੀਬੀ ਆਖਿਆ ਵੰਨ ਸਹੀ ਮਗਰ ਉਵੇਂ ਵੰਨ ਜਿਵੇਂ ਮੈਂ ਭੇਜਾਂ ਕਨੀਜ਼ ਕੋ ਸੱਡੇ ਨਾਲ ਨੌਕਰਾਣੀ ਕੋ ਉਹ ਕੋ ਆਖੇ ਨਾ ਉਹ ਪਰਦਾ ਅਤੇ ਹਿਜਾਬ ਗਿੰਨਾ ਜਿਹੜਾ ਮੈਂ ਅਕਬਰ ਦੇ ਚਿਹਰੇ 'ਤੇ ਬੰਨ੍ਹਦੀ ਹਾਂ ਬਾਜ਼ਾਰ ਵੰਨਣ ਬੈਠਾ ਨੌਕਰਾਨੀ ਕਾਲੇ ਰੰਗ ਦਾ ਨਿਕਾਬ ਗਿੰਨਾ ਵਿਆ ਇਹ ਆਲੀਆ ਸੈਣ ਫਾਤਿਹਾ ਸ਼ਾਮ ਬੀਬੀ ਬੀਬੀ ਪਾਲਣ ਅਲੀ ਅਕਬਰ ਕੋ ਇਹ ਅਕਬਰ ਦੇ ਚਿਹਰੇ 'ਤੇ ਇਨ ਬੰਨਿਆ ਲਟਕਾ ਵਿਆ ਅੱਖੀ ਵਾਲੇ ਮਕਾਮ 'ਤੇ ਇਹਦਾ ਸੁਰਾਖ ਹੋਵਿਆ ਨਾ ਦੇਖਣ ਵਾਸਤੇ ਡੂ ਸੁਰਾਖ ਜਦੋਂ ਹੀ ਅਕਬਰ ਗਏ ਬੀਬੀ ਚਿਹਰੇ 'ਤੇ ਹਿਜਾਬ ਬੰਨ ਕੇ ਟੋਲ ਹਿਕਰੀ ਹੁਸੈਨ ਦੇਖ ਕੀਤਾ ਫੇਣ ਕੁਆ ਦਿਨ ਅਲੀ ਦੀ ਧੀ ਆਲਮਤੁਲ ਗੈਰ ਮੁਅੱਲਮ ਬੀਬੀ ਹੈ ਤੁਹਾਨੂੰ ਕੋਈ ਸਮਝਾਵਣ ਦੀ ਜ਼ਰੂਰਤ ਨਹੀਂ ਤੁਸਾਂ ਇਨਸਾਨੀਅਤ ਦੇ ਮੁਰੱਬੀ ਬਣ ਕੇ ਆਏ ਹੋਏ ਇਹ ਪਰਦੇ ਦੀ ਜ਼ਰੂਰਤ ਧੀਆਂ ਕੋ ਹੁੰਦੀ ਹੈ ਪੁੱਤਰਾਂ ਕੋ ਨਹੀਂ ਹੁੰਦੀ ਅਕਬਰ ਬਾਜ਼ਾਰ ਮੰਨਣ ਲੱਗਦਾ ਇਹਦੇ ਚਿਹਰੇ 'ਤੇ ਨਿਕਾਬ ਕਿਉਂ ਲਟਕੈਂਦੇ ਹਿਰਾ ਦੇ ਡਿੱਠਸ ਅਤੇ ਅੱਖੀਂ ਵਸ ਪਈਆਂ ਅਦੇ ਅਸਾਂ ਸ਼ਰੀਅਤ ਸਮਝਾਵਣ ਵਾਲੇ ਹੈ ਮੈਂ ਸਮਝੈਂਦੀ ਹਾਂ ਮਗਰ ਮੇਰੀ ਬੇਵਸੀ ਹੈ ਜੋ ਸੁਣ ਹਮ ਬਹੂਏ ਅਤੇ ਬਾਜ਼ਾਰ 'ਚ ਹਰ ਕਿਸਮ ਦੇ ਲੋਕ ਹੁੰਦੇ ਨੇ ਕਹੀਂ ਬਦ ਨਜ਼ਰੇ ਦੀ ਮਤਾ ਨਜ਼ਰ ਲੱਗਦਾ ਸ਼ਾਬਾਸ਼ ਸ਼ਾਬਾਸ਼ ਇਹ ਨਜ਼ਰ ਬਦ ਤੋਂ ਬਚਾਵਣ ਵਾਸਤੇ ਨਾ ਮੈਂ ਅਲੀ ਅਕਬਰ ਦੀਆਂ ਅੱਖੀਂ 'ਤੇ ਨਿਕਾਬ ਲਟਕੈਂਦੀ ਹਾਂ ਜੋ ਨਾ ਕੋਈ ਚਿਹਰਾ ਦੇਖੇ
ਨਾ ਕਹੀਂ ਬਦ ਨਜ਼ਰੇ ਦੀ ਨਜ਼ਰ ਲੱਗੇ। ਚਲੋ ਮੈਂ ਤੁਹਾਨੂੰ ਵੀ ਇੱਕ ਗੱਲ ਸਮਝਾਵਾਂ ਚਾ, ਨਜ਼ਰਬੰਦ ਬਹੁਤ ਖਤਰਨਾਕ ਸ਼ੈ ਹੈ, ਇਹਦੇ ਕੋਲ ਬੱਚੇ ਕਰੋ, ਅੱਲਾਹ ਬਚਾਵੇ ਆਲੇ ਮੁਹੰਮਦ। ਲੱਗਦੀ ਤਾਂ ਨਜ਼ਰ ਬਦ ਹਰ ਸ਼ੈ ਕੋ ਹੈ, ਲੇਕਿਨ ਛੋਟੇ ਬੱਚਿਆਂ ਕੋ ਜ਼ਿਆਦਾ ਲੱਗਦੀ। ਬਾਲਾਂ ਕੋ ਨਜ਼ਰ ਬਦ ਤੋਂ ਬਚਾਵਣ ਦਾ ਇੱਕੋ ਤਰੀਕਾ, ਰੋਜ਼ਾਨਾ ਸੂਰਤ ਕੌਸਰ ਪੜ੍ਹ ਕੇ ਦਮ ਕਰੋ ਅਤੇ ਮੁਅੱਵਜ਼ਤ ਐਨ ਦੋਹੇ ਕੁੱਲ ਲਿਖ ਕੇ ਬੱਚੇ ਦੇ ਗਲ 'ਚ ਲਟਕਾਓ ਬਤੌਰੇ ਤਾਵੀਜ਼। ਅਤੇ ਬਿਲਖਸੂਸ ਜਦੋਂ ਬੱਚੇ ਕੋ ਦਵਾਓ ਅਤੇ ਨਵੇਂ ਕੱਪੜੇ ਪਵਾਓ ਨਾ ਮੇਰੀਆਂ ਮਾਵਾਂ ਧੀਆਂ ਭੈਣਾਂ, ਤਾਂ ਸੁਰਮੇ ਦਾ ਇੱਕ ਕਾਲਾ ਨਿਸ਼ਾਨ ਬੱਚੇ ਦੀ ਠੋੜੀ 'ਤੇ ਲਾਓ ਚਾ, ਨੱਕ ਦੀ ਨੋਕ 'ਤੇ ਲਾਓ ਚਾ, ਜੋ ਨਜ਼ਰ ਬਦ ਨਾ ਲੱਗੇ। ਇੱਕ ਮੈਂ ਤੁਹਾਨੂੰ ਹਦੀਸ ਸੁਣੇ ਨਾ, ਮੈਂ ਤਾਂ ਪੜ੍ਹ ਕੇ ਬੜਾ ਹੈਰਾਨ ਥਿਆ ਹੈ। ਮਾਸੂਮ ਫਰਮਾਇੰਦੇ ਨੇ, ਆਦਮ ਤੋਂ ਗਿਣ ਕੇ ਅੱਜ ਤੱਕ ਜਿਤਨੇ ਲੋਕ ਕਬਰਾਂ 'ਚ ਗਏ ਪਏ ਨਾ, ਮਰ ਚੁੱਕੇ ਨੇ, ਅਰਬਾਂ ਹੋ ਸਨ। ਮਾਸੂਮ ਫਰਮਾਇੰਦੇ ਨੇ, ਅਗਰ ਉਹਨਾਂ ਸਾਰਿਆਂ ਦੀ ਮੌਤ ਦੀ ਵਜ੍ਹਾ ਗੋਲੀ ਵੱਜੀ ਤਾਂ ਸਭ ਤੋਂ ਜ਼ਿਆਦਾ ਤਾਦਾਦ ਉਹਨਾਂ ਮੁਰਦਾਂ ਦੀ ਹੋ ਸੀ ਜਿਨ੍ਹਾਂ ਕੋ ਨਜ਼ਰ ਬਦ ਮਾਰਿਆ। ਓਏ ਬੈਠੇ ਹੋ, ਲੱਗੇ ਗਏ ਹੋ ਕਿਡਾਈ, ਇਹ ਤੂੰ ਮਜਲਿਸ ਕੋ ਸਿਰਫ ਕਹਾਣੀ ਸਮਝਣ? ਬਈ ਇਹ ਸਿਰਫ ਜ਼ਾਕਿਰੀਨ ਮਸਾਇਬ ਸੁਣੇਂਗੇ ਚ ਭਾਈ? ਕਰਬਲਾ ਇਨਸਾਨੀਅਤ ਦੀ ਬਕਾਏ, ਕਰਬਲਾ ਇਨਸਾਨੀਅਤ ਦੀ ਜ਼ਿੰਦਗੀ ਏ, ਕਰਬਲਾ ਜ਼ਾਬਤੇ ਹਯਾਤ ਏ, ਇੱਥਾਂ ਹਰ ਸ਼ੈ ਮਿਲਦੀ ਏ। ਕੋਈ ਸਮਝ ਆਈ ਹੈ ਜਾਂ ਨਹੀਂ? ਜ਼ਿੰਦਗੀ ਦਾ ਕਿਹੜਾ ਪਹਿਲੂ ਏ ਜਿਹੜਾ ਕਰਬਲਾ ਵਾਲਾ ਨਹੀਂ ਦੱਸਾ? ਕੋਈ ਸਮਝ ਆਈ ਹੀ ਵੇ? ਤਾਂ ਨਜ਼ਰ ਬਦ ਤੂੰ ਕੋਸ਼ਿਸ਼ ਕੀਤੀ ਕਰੋ ਬਚਣ ਦੀ। ਸਦਕਾ ਦਿੱਤੀ ਰਿਹਾ, ਖੈਰਾਤ ਦਿੱਤੀ ਰਿਹਾ, ਖੁਸ਼ ਅਖਲਾਕੀ ਨਾਲ ਪੇਸ਼ ਆਇਆ, ਮਹਿਰੂਮ ਮੁਆਸ਼ਰੇ ਦੇ ਵਿੱਚ ਆਪਣੀ ਦੌਲਤ ਦਾ ਮੁਜ਼ਾਹਰਾ ਨਾ ਕੀਤਾ। ਕਿਆ ਸੁਣਦੇ ਬੈਠੋ ਮੈਂ ਕਿਆ ਪੜ੍ਹਦਾ? ਛੇਵੇਂ ਸਰਕਾਰ ਦੇ ਜ਼ਮਾਨੇ ਦੇ ਵਿੱਚ, ਚਲੋ ਇੱਕ ਗੱਲ ਆ ਗਈ ਹੈ, ਮੈਂ ਤੁਹਾਨੂੰ ਭਈਵਾਲ ਕਰਾਂ ਚਾ। ਛੇਵੇਂ ਸਰਕਾਰ ਦੇ ਜ਼ਮਾਨੇ ਦੇ ਵਿੱਚ ਕਹਿਤ ਪੈ ਗਿਆ, ਕਹਿਤ ਅੰਦਰ ਜਾ, ਕਹਿਤ ਸਮਝੇ ਤੇ ਤੁਸੀਂ ਕਿਸ ਦਿੰਦੇ ਆਪਣੀ ਮਕਾਨ ਬੋਲੇ? ਕਹਿਤ ਕਾਲ, ਕਾਲ ਗੱਲਾ ਮੁੱਕ ਗਿਆ, ਖਾਣ ਪੀਵਣ ਦੀ ਕੋਈ ਸ਼ੈ ਨਾ ਰਹੀ, ਲੋਕ ਪਰੇਸ਼ਾਨ। ਛੇਵੇਂ ਇਮਾਮ ਦੇ ਘਰ ਕਾਫੀ ਸਾਰੀ ਕਣਕ ਪਈ ਹੈ, ਆਖਾਂ ਨੌਕਰਾਂ ਕੋ ਆਖਾਂ ਵੰਡ ਦਿਓ। ਆਖਾਂ ਨੌਕਰਾਂ ਕੋ ਆਖਾ, ਉਹ ਇੱਕ ਨੂੰ ਨੌਕਰ ਉਹਨਾਂ ਕੇ ਬਾਦਸ਼ਾਹੀ ਕਰੇਂਦੇ, ਬਈ ਤਾਂ ਲੱਭਦੀ ਨਹੀਂ, ਅਤੇ ਸਾਡੇ ਕੋਲ ਜਿਹੜਾ ਸਟਾ ਕੇ ਪਿਆ ਰਹੇ, ਤੁਹਾਡੇ ਕੋਲ ਹਰ ਵਕਤ ਮਹਿਮਾਨ ਹੁੰਦੇ, ਨੌਕਰ ਚਾਕਰ ਆਉਂਦੇ, ਲੱਭਦੀ ਤਾਂ ਹੈ ਨਹੀਂ, ਅਤੇ ਜਿਹੜੀ ਪਈ ਹੈ ਉਹ ਹੀ ਤੂੰ ਸਮਝ ਲੈਂਦੇ ਪਏ। ਸਰਕਾਰਾ ਫਰਮਾਇਆ, ਜਿਹੋ ਜਿਹਾ ਮੁਆਸ਼ਰਾ ਹੋਵੇ ਅੱਲਾਹ ਚਾਹੁੰਦੇ ਜੋ ਉਵੇਂ ਬਣ ਕੇ ਰਹਿਣਾ ਚਾਹੀਦਾ। ਫਰਮਾਇਆ ਜੇ ਉਹ ਕਰੀਮ ਇਤਨੀ ਮਖਲੂਕ ਕੋ ਨਾ ਭੁੱਲੇ ਸੀ ਨਾ, ਸਾਡੇ ਵੀ ਕਣਕ ਪਹੁੰਚ ਹੋਏ ਸੀ ਹੈ। ਅੱਛਾ, ਇਹ ਬੱਚੇ ਦੀਆਂ ਕੋਈ ਪਰੇਸ਼ਾਨੀਆਂ ਨੇ, ਮਸਾਇਲ ਨੇ, ਅਤੇ ਇਹ ਤਾਂ ਬਹੁ ਕਰੀਮ, ਇਹ ਤਾਂ ਬਸ ਅਕੀਦਤ ਅਤੇ ਮੰਗਣ ਦੀ ਦਾਅ ਚਾਹੀਦੀ ਹੈ। ਅਤੇ ਮੈਂ ਤਾਂ ਆਖਦਾ ਨਾ, ਤੁਸਾਂ ਇਵੇਂ ਜਿਵੇਂ ਮੋਟੀ ਮੋਟੀ ਸੋਚ ਵਾਲੇ, ਤੁਹਾਡੀ ਵੀ ਬੇਵਸੀ ਹੈ, ਤੁਸੀਂ ਹਰ ਕਹਿ ਤੇ ਮਜ਼ਹਬੀ ਹਵਾਲੇ ਨਾਲ ਇਤਮਾਦ ਚੱਕ ਰਹਿੰਦੇ ਵੇ, ਅਤੇ ਉਹ ਕਈ ਕਿੱਦਾਂ ਹੁੰਦੀ ਕਰਾਂਦੇ, ਕੋਈ ਕਢਾਈ ਦੀ ਕਰਾਂਦੇ, ਤੁਸੀਂ ਪਰੇਸ਼ਾਨ ਥੀ ਵੇ ਚੱਲੂ ਕਿਵੇਂ? ਮੈਂ ਤਾਂ ਆਖਦਾ ਆਲੇ ਮੁਹੰਮਦ ਦੇ ਦਰ 'ਤੇ ਇਵੇਂ ਆਏ ਕਰੋ ਜਿਵੇਂ ਨਾਦਰ ਬਾਦਸ਼ਾਹ ਨਜਫ ਅਸ਼ਰਫ ਮੌਲਾ ਅਮੀਰ ਦੇ ਦਰ 'ਤੇ ਗਿਆ।
ਕਿਵੇਂ ਗਿਆ ਹੈ ਯਾਰ? ਅੱਛਾ ਕਿਵੇਂ ਗਿਆ ਹੈ ਨਾਦਰ? ਕਿਹੜੇ ਰੰਗ ਚ? ਸੋਨੇ ਦਾ ਕੁੱਲਾ ਲਾ ਕੇ? ਬੋਲੋ ਤਾਂ ਸਹੀ। ਲੈਂਡ ਕਰੂਜ਼ਰ ਤੇ ਚੜ ਕੇ ਜੀ ਨੌਕਰਾਂ ਨਾਲ ਗਿਆ, ਉਹ ਠਾਠ ਵਾਠ ਨਾਲ ਜੋ ਮੈਂ ਨਾਦਰ ਬਾਦਸ਼ਾਹ। ਕਿਵੇਂ ਗਿਆ ਹੈ? ਉਹ ਆਖਿਆ ਟਰਨੈਲੀਆਂ ਹੁੰਦੀਆਂ ਦੁਨੀਆਂ ਦੇ ਸਾਹਮਣੇ, ਇਹ ਅੱਲਾਹ ਦੇ ਮਜ਼ਹਰ ਦਾ ਦਰਬਾਰ ਹੈ। ਨੌਕਰਾਂ ਕੋ ਆਦੇ ਮੇਰੀ ਗੱਲ ਚ ਜ਼ੰਜੀਰ ਪਾਓ, ਮੈਂ ਅਲੀ ਦੇ ਬੂਹੇ ਤੇ ਕੁੱਤਾ ਬਣ ਕੇ। ਤਵੱਜੋ ਨਹੀਂ ਫਰਮਾਈ? ਪੰਜ ਮਰਲਾਂ ਤੇ ਆਪਣੇ ਚਾਰ ਬੀਵੀ ਬੱਚਾ ਤੇ ਹਕੂਮਤ ਕਰਨ ਵਾਲਾ ਬੰਦਾ ਗਰਦੇ ਨੇ ਚੁਸਰੀਆ ਔਖਾ ਕੱਢੇ ਤੇ ਆ ਸੁਫੈਦ ਦਾ ਮਾਲਿਕ ਇਹ ਝਿਕਾਈਏ ਤੇ ਕੋਈ ਸ਼ਹਿਨ ਸ਼ਾਹ ਕਾਇਨਾਤ ਅਮੀਰ ਕੋ ਇਹਦੀ ਅਕੀਦਤ ਤੇ ਅਮਲ ਪਸੰਦ ਆਏ। ਕਿਆ ਸੁਣਾ ਹੋਵੇ? ਅੱਜ ਤੱਕ ਉਹਦਾ ਤਾਜ ਹੀ ਮੌਜੂਦ ਏ, ਉਹ ਸੋਨੇ ਦੀ ਜ਼ੰਜੀਰ ਹੀ ਮੌਜੂਦ ਏ। ਮੇਰੀ ਗੱਲ ਸੁਣੋ, ਮਜ਼ਹਬ ਸ਼ੀਆ ਚ ਵੱਡੇ ਵੱਡੀਆਂ ਹਸਤੀਆਂ ਗੁਜ਼ਰੀਆਂ ਜਿਨ੍ਹਾਂ ਦੇ ਮੁਤਲਕ ਮਸ਼ਹੂਰ ਹੈ ਜੋ ਬਾਹਰਵੀਂ ਸਰਕਾਰ ਨਾਲ ਮੁਲਾਕਾਤਾਂ ਹੁੰਦੀਆਂ ਹਨ। ਮਗਰ ਅਕੀਦਾ ਕੋਈ ਏਡੀ ਵੱਡੀ ਸ਼ੈ ਹੈ ਵੀ ਬਾਦਸ਼ਾਹ ਹੈ ਉਹ ਕਿਹੜਾ ਕੋਈ ਮਸਲੇ ਤੋੜੇਂਦਾ ਰੋਜ਼ਾਨਾ ਬਾਦਸ਼ਾਹ ਜੋ ਹੈ ਆ ਪਤਾ ਨਹੀਂ ਉਹਦੇ ਕੋਲ ਸੁਸਤੀਆਂ ਬਾਦਸ਼ਾਹ ਜੋ ਹੈ ਬਾਦਸ਼ਾਹੀਏ ਚ ਹੁੰਦੀਆਂ ਨੇ ਚੀਜ਼ਾਂ, ਮਗਰ ਉਹਦੀ ਅਕੀਦਤ ਏਡੀ ਵਧੀ ਹੈ ਜੋ ਨਾ ਕਹੇ ਆਲਮ ਦੀ ਉੱਥਾਂ ਕੋਈ ਨਿਸ਼ਾਨੀ ਹੈ, ਨਾ ਕਹੇ ਜ਼ਾਕਿਰ ਦੀ ਕੋਈ ਨਿਸ਼ਾਨੀ ਹੈ, ਨਾ ਸਰਕਾਰ ਦੇ ਮੁਲਾਕਾਤੀਆਂ ਦੀ ਕੋਈ ਨਿਸ਼ਾਨੀ ਹੈ। ਨਿਸ਼ਾਨੀ ਉਸੇ ਦੀ ਹੈ ਜਿਹੜਾ ਅਲੀ ਕੋਲ ਕੁੱਤਾ ਬਣ ਕੇ ਆ। ਇਮਾਨ ਤੁਲਦਾ, ਇਮਾਨ ਤੁਲਦਾ। ਅਕੀਦਾ ਤੁਲਦੀ ਹੈ। ਹੱਥ ਬੁਲੰਦ ਕਰਕੇ ਗਦੀਰੀ ਨਾਰਾ ਹੈਦਰੀ। ਜਿਤਨੀ ਅਕੀਦਤ ਬੁਲੰਦ ਕਰੇ ਸੋ ਉਤਨੇ ਤੁਹਾਡੇ ਸਾਹਮਣੇ ਮਾਰਫਤ ਦੇ ਦਰਵਾਜ਼ੇ ਖੁੱਲ ਸੋ। ਨਾਦਰ ਬਾਦਸ਼ਾਹ ਪੇਸ਼ ਨਿਮਾਜ਼ ਹੈ। ਕਿਆ ਸੁਣਦੇ ਬੈਠੇ ਹੋ? ਇਹ ਮਜਲਿਸ ਪੜਦਾ ਜਾ ਕੇ ਰਾਈ ਅਲਾਮਾ ਸਾਹਿਬ ਆਏ ਦਾੜੀ ਕੋਈ ਨਾ ਹੈ, ਲੇਕਿਨ ਅਲੀ ਦੇ ਦਰ ਤੇ ਇਵੇਂ ਆਏ ਜਿਵੇਂ ਬੰਦੇ ਦੇ ਪੁੱਤਰ ਕੋ ਆਉਣਾ ਚਾਹੀਦਾ ਹੈ। ਦਰਵਾਜ਼ੇ ਤੇ ਦੁਨੀਆ ਆਖੇ ਜੋ ਇਹ ਮੁਰੀਦ ਅਸਲੀ। ਵਤੇ ਛੋਟੀਆਂ ਮੋਟੀਆਂ ਗਾਲੀਆਂ ਤਾਂ ਹੈਸੀਅਤ ਹੀ ਕੋਈ ਨਹੀਂ ਰੱਖਦੀਆਂ। ਵਤ ਲੋਕ ਤੇਰੇ ਪੇਰਾਂ ਹੀ ਡੱਠੇ ਪਏ ਹੁਸੈਨ ਜੋ ਸਾਡੇ ਵਾਸਤੇ ਤੂੰ ਦੁਆ ਕਰ। ਕਿਆ ਸੁਣਾ ਮੈਂ, ਕਿਆ ਪੜਾ? ਗੌਰ ਫਰਮਾਇਆ ਕਿਆ ਗੁਜ਼ਾਰਿਸ਼ ਕਰਨ ਦੇ ਖੜੇ ਆਸੇ ਕਿ ਬੱਚਿਆਂ ਕੋ ਨਜ਼ਰ ਵੱਧ ਜਲਦੀ ਲੱਗਦੀ ਹੈ, ਜ਼ਿਆਦਾ ਲੱਗਦੀ ਹੈ।
سورت کوثر پڑھ کے دم کیتی، معوذتین تعویذ بنا کے، یہ تعلیمات آل محمد کھڑے، یہ عزاداراں دے بچوں دی نظر بد تو حفاظت کرن دا کھڑا، حسین دے سونے پتر دے ذکر دے صدقے گالیں تو کو مل دی ہیں، سونے پتر ذکر دے صدقے تو تارے بچوں دی حفاظت کرن دا کھڑا، دیاں کولوں، پریاں کولوں، ارواح کولوں، مسخرات کولوں نظر نہ آمن والیاں تکلیفاں تو، توجہ نہیں فرمائی، میں کوئی پیر ویر ہی نہ سمجھائے، میں مولا دا ذاکر ہاں، بچوں کے ہر ویلے پڑھتے لکھتے رہنے ہیں، وہ آل محمد دے فرمان دسیں دکھ، مہربانی حضور، مہربانی حضور، پوری توجہ علم دوست آباد جی، بی بی علی اکبر دے چہرے تے نقاب بندے ہیں جو کہیں بد نظرے دی، شاباش صدقے تھی ماں، میں قربان تھی ماں، بہت سونا آدھا بیٹھے قربان لو، میں سمجھے دا کھڑا تو ہاں چو آدھا کھڑا، تو جیڑی چیز ہاں چو آکھی ونی ہوں دا اثر ہی تھی رہتا بنا بڑھ دے فوراں پتہ لگویں دے، او میں صدقے تھی پو ماں جی، دوچی محبت سب تو زیادہ علی اکبر نال، وچھوڑے دی مالک بھین کو ہائی جیڑی مدینے رہ گئی ہے، یہ جڑا نامی دا دہاڑا ہے نا، اس شہزادی اکبر بغیر مدینے اوکھا گزارا ہے، کہیں ویلے عباس دی ماں کو لاندے ہیں، کہیں ویلے ام سلمہ کو لاندے ہیں، کہیں ویلے محمد حنفیہ کو لاندے ہیں، کہیں ویلے جناب عبداللہ کو لاندے ہیں، پھپھڑ کو تے ہکا گال کرنے ہیں، وعدہ تا ستویں کردہ کر کے نہ ہن گئے، آکھا نانے جو ستویں کو تو اکو اکبر گنڑا، این شہزادی فراق کو علی اکبر نال محبت، امان کوئی وکری محبت، اور ایڈی محبت ہے بچی کو بیمار مدینہ کو، جڑے لے یقین تھی اس نے جو ہن چھوڑ کے ٹریا وندے، اکبر دے غم وچ این بچی دی کمر جھک گئی آئی، زندگی چ مثال نہیں ملدی تاریخ ہے جو 7 سالاں دی عمر چ بچی دے وال ہی سفید، آدھی آئی میرا مان تا وہ آ جڑا چھوڑ کے ٹرا، صدقہ 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 جی، پھپھی کو بہو محبت آئی تے وچھوڑے دی مالک بہن کو بہو محبت، تے جیڑی تریجی ہستی دی میں محبت دسنی ہے نا، تیری زندگی دیاں جیڑیاں کوئی عبادت دے وچ تو کمی سمجھے نا او پوری تھی ویسے، لیکن ایک گال ذہن چ رکھ کے سنائے، یہ بہو مخصوص تے تھوڑے ڈیہن حسین کرومن، ہر سال اسا آدھے ہیں یار این محرم میں صحیح عبادت نہیں کر سکے، اگلا چند جو چرسی تے وقت بھی چانی میں چڑھ دے تے ہتھاں جو لگا ہوئے، ایک گال یاد رکھ کے سنا ہے، رات ایک رہ کے یہ کر بنا، یہ جڑی اگلی رات آندھی پئی ہے نا، یہ ایک رات رہ گئی ہے کربلا، اللہ مان اللہ مان، تریجی محبت علی اکبر نال سب تو زیادہ کیکو ہے، سکی ماں کو جائیں پہلے دی پتر حسین دی بھین کو ڈتا ہے، تے وقت پوری زندگی کدہ ہی بچڑا نے سدا، جدہ ہی سدے آکھیا آ آن دی ماں دا پتر دائی سدے دی گئی، شاباش شاباش، کنیز سدین دی گئی، نوکرانی سدین دی شاباش جی، نوکران شاباش، کیا دیا میں تیری مار نا، میں تو تیری خدمت کرنے والی ہوں، تے کدے ہی اکبر ماں کو مائی نہ سدا، سوال کر سکلین 18 سال دی عمر چ بی بی سکدی رہی جی، یا کدے ہی اکبر مائی سدا صرف 10ویں دی رات سدس،
ਸਾਡੀ ਇਹ ਜ਼ਿੰਦਗੀ ਦੀ ਆਖਰੀ ਰਾਤ ਏ, ਨੀਂਹ ਚੜ੍ਹਨਾ ਏ, ਉਮਤ ਤੇਰੀ ਜਵਾਨੀ 'ਚ ਲੋਟੀ ਪਾ ਦੇਣੀ ਏ। ਤੋੜੇ ਅੱਜ ਦੀ ਰਾਤ ਇੱਕ ਦਫ਼ਾ ਤਾਂ ਮੈਂ ਸੁਣ ਗਿੰਨਾ ਤੇਰੇ ਹੋਠਾਂ 'ਤੇ ਲੱਭਦੇ ਮਾਂ ਕਿਹੜਾ ਸੁਣ। ਆਹ ਸ਼ਾਬਾਸ਼ 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 ਸ਼ਾਬਾਸ਼। ਬਹੁ ਔਖੀ ਮੰਜ਼ਿਲ 'ਤੇ ਆਇਆ ਖੜਾ ਪੀਰ, ਬਹੁ ਔਖੀ ਮੰਜ਼ਿਲ 'ਤੇ। ਦੁਆ ਕਰਾਹੇ ਕਿ ਮੈਂ ਤੁਹਾਨੂੰ ਸਾਹਿਲ 'ਤੇ ਪਹੁੰਚਾਵਾਂ ਸਹੀ। ਅੱਜ ਪਤੇ ਦਸਵੀਂ ਦੀ ਰਾਤ ਕਿਹੜੇ ਲੈ ਮਾਂ ਸੱਦਸ, ਰਾਤ ਦਾ ਕੋਈ ਵਕਤ ਏ ਕਰਨਲ ਸਾਹਿਬ, ਰਾਤ ਦਾ ਕੋਈ ਵਕਤ ਏ। ਹਾਸ਼ਮੀ ਜਵਾਨ ਭਾਰੇ 'ਤੇ ਖੜੇ ਨੇ, ਮਸਤੂਰਾਤ ਆਪਣੇ ਆਪਣੇ ਖੈਮੇ 'ਚ। ਅਬਾਸ ਸਾਡੇ ਅਲੀ ਅਕਬਰ ਜੀ ਚਾਚਾ, ਜ਼ਿੰਦਗੀ ਦੀ ਇਹ ਆਖਰੀ ਰਾਤ, ਹਰ ਜਵਾਨ ਘੰਟਾ ਘੰਟਾ ਡੂ ਡੂ ਘੰਟਾ ਆਪਣੀਆਂ ਆਪਣੀਆਂ ਮਾਵਾਂ ਕੋਲ ਗੁਜ਼ਾਰਾ ਹੈ। ਅਕਬਰ ਨੀਂਹ ਚੜ੍ਹਨਾ ਹੈ ਅਤੇ ਮੁੱਕ ਵੰਜਣੀ ਹੈ ਹਰ ਸ਼ੈ। ਤੁਸਾਂ ਤਾਂ ਖੁਸ਼ ਨਸੀਬ ਹੋ ਜੋ ਤੁਹਾਡੀਆਂ ਮਾਵਾਂ ਨਾਲ ਲੈਣ। ਅਕਬਰ ਮੇਰੀ ਗੁਰਬਤ ਹੀ ਤਾਂ ਦੇਖ, ਮੇਰੀ ਮਾਂ ਉਮੁਲ ਬਨੀਨ ਮਦੀਨੇ ਵਧੀ ਰਹਿੰਦੀ। ਸਾਰੇ ਜਵਾਨ ਪਹਿਰਾ ਛੋੜ ਕੇ ਕੁਝ ਕੋਈ ਟਾਈਮ ਆਪਣੀਆਂ ਮਾਵਾਂ ਕੋਲ ਗੁਜ਼ਾਰ ਰਹੇ ਨੇ, ਭੈਣਾਂ ਕੋਲ ਗੁਜ਼ਾਰ ਰਹੇ। ਅਕਬਰ ਤੇਰੀ ਮਾਂ ਤਾਂ ਉਹ ਇੰਤਜ਼ਾਰ 'ਚ ਬੈਠੀ ਏ ਜੇ ਕੋ ਤੈਂ ਕਦੇ ਹੀ ਮਾਂ ਨਹੀਂ ਸੱਦਾ। ਮਤ ਮਾਂ ਮਰਨ ਤੋਂ ਪਹਿਲੇ ਮਰ ਵੰਨੀ, ਅਜੋਕੀ ਰਾਤ ਇੱਕ ਘੰਟਾ ਮਾਂ ਦੇ ਖੈਮਤ ਗੁਜ਼ਾਰ ਚਾ, ਤੇਰੇ ਨਾਲ ਰੱਜ ਕੇ ਗੱਲ ਨਹੀਂ ਕਰ ਗਿੰਨੇ ਸ਼ਾਬਾਸ਼। ਅਤੇ ਕੱਲ੍ਹ ਵਾਸਤੇ ਮਾਂ ਕੋਲ ਮੌਤ ਦੀ ਇਜਾਜ਼ਤ ਹੀ ਹੁਣੇ ਖਿੰਦੀ ਆ। ਬਸ ਅਬਾਸ ਦੀ ਗੱਲ ਚੁੱਕੇ ਸ਼ਾਗਿਰਦ ਵੀ ਹੈ ਨਗਾਜ਼ੀ ਦੇ। ਅਲੀ ਅਕਬਰ ਰੋਂਦਾ ਹੋਇਆ ਬੁੱਢੜੀ ਮਾਂ ਦੇ ਖੈਮਨ ਦੇ ਟੁਰੇ, ਸ਼ਾਬਾਸ਼ ਇਹ ਲਫ਼ਜ਼ ਵੱਡੇ ਔਖੇ ਵੱਡੇ ਰਹਿਣ। ਅਤੇ ਜਿਹੜੇ ਲੈ ਹੁਸੈਨ ਦਾ ਸੋਹਣਾ ਪੁੱਤਰ ਆਏ ਮਾਂ ਦੇ ਖੈਮਨ, ਅਕਬਰ ਅਜੀਬ ਮੰਜ਼ਰ ਡਿੱਠੇ ਮੁਸੱਲਾ ਵਿਛਾ ਹੋਏ। ਅਕਬਰ ਦੀ ਜ਼ੈਫਾ ਮਾਂ ਦਾ ਸਰ ਸਜਦੇ 'ਚ, ਸਰ ਤੋਂ ਚਾਦਰ ਢਲੀ ਹੋਈ ਹੈ, ਸਫੇਦ ਵਾਲ ਪਰੇਸ਼ਾਨ। ਅੱਜ ਮੇਰੇ ਅੱਲਾ ਕਿਸਮਤ ਨਾਲ ਨਬੀ ਦੀ ਧੀ ਦੀ ਨੂੰਹ ਬਣੀ ਹੈ, ਹਰ ਮਸਤੂਰ ਆਦੀ ਖੜੀ ਹੈ। ਕੱਲ੍ਹ ਪਹਿਲੇ ਮੈਦਾ ਪੁੱਤਰ ਵੈਸੀ, ਬਈ ਆਦੀ ਪਹਿਲੇ ਮੈਦਾ ਵੈਸੀ, ਬਈ ਆਦੀ ਪਹਿਲੇ ਸ਼ਾਬਾਸ਼ ਸਦਕਾ ਸਦਕਾਸ। ਮੇਰੇ ਅੱਲਾ ਮੇਰੇ ਚਿੱਟੇ ਵਾਲਾਂ ਦੀ ਲੱਜ ਰੱਖ, ਮੇਰਾ ਅਕਬਰ ਸ਼ਹੀਦ ਹੋਵੇ, ਮੈਂ ਸ਼ਹੀਦਾਂ ਦੀਆਂ ਮਾਵਾਂ ਸ਼ੁਮਾਰ ਥੀਵਾਂ। ਹੁਣ ਅਕਬਰ ਮਾਂ ਦਾ ਸਜਦਾ ਦੇਖ ਕੇ, ਮਾਂ ਨਾਲ ਬੋਲਾ ਨਹੀਂ ਬੀਬੀ ਜੋ ਸਹੀ ਅੱਛਾ ਕਿਵੇਂ ਬੋਲੇ। ਅਕਬਰ ਮਾਂ ਦੇ ਸੱਜੇ ਪਾਸੋਂ ਖੜ ਗਏ, ਬੈਠੇ ਹੀ ਨਹੀਂ ਖੜ ਗਏ, ਜਿਵੇਂ ਅੱਖੀ ਵਸਦੀਆਂ ਪਈਆਂ ਸੀ, ਜ਼ਮੀਨ ਦੁੜੇਦਾ ਖੜੇ, ਇੰਤਜ਼ਾਰ ਕਰਨ ਦਾ ਖੜੇ ਜੋ ਅੰਮਾ ਸਜਦਾ ਮੁਕਾਵੇ। ਤਾਂ ਵੱਧ ਮੈਂ ਦੱਸਿਆ ਸਾਂ, ਅੰਮਾ ਮੈਂ ਤੇ ਕੋਈ ਮਿਲਣ ਆਇਆ, ਜ਼ਿੰਦਗੀ ਦੀ ਆਖਰੀ ਰਾਤ ਹੈ। ਬੀਬੀ ਖੁਸ਼ਬੂ ਮਹਿਸੂਸ ਕਰ ਗਈ ਦੀ ਹੈ ਜੋ ਅਕਬਰ ਆ ਗਏ, ਖੁਸ਼ਬੂ ਮਹਿਸੂਸ ਕਰਕੇ ਨਾ ਅਕਬਰ ਦੇ ਮਾਂ ਸਜਦਾ ਮਜ਼ੀਦ ਵਧਾਏ, ਮਜ਼ੀਦ ਵਧਾਏ, ਜ਼ਿਆਦਾ ਵਧਾਏ। ਕੁਝ ਦੇਰ ਤਾਂ ਫਿਜ਼ਾ ਬਰਦਾਸ਼ਤ ਕੀਤਾ, ਜਿਹੜਾ ਸਜਦਾ ਵਧਾਏ ਨਾ ਬੀਬੀ ਦਾ, ਫਿਜ਼ਾ ਦੀ ਬਰਦਾਸ਼ਤ ਮੁੱਕ ਗਈ ਹੈ। ਅਕਬਰ ਦੀ ਮਾਂ ਦਾ ਮੋਢਾ ਹਲਾਇਆ ਸੀ, ਆਦੀ ਇਹ ਸਜਦੇ ਦੀ ਬਸ ਕਰ, ਬਹੁ ਟਾਈਮ ਹੈ ਤੇਰੇ ਕੋਲ ਸਜਦਾ ਨਮਾਜ਼ਾਂ ਦਾ। ਸਰ ਚਾ ਕੇ ਦੇਖ ਤਾਂ ਸਹੀ ਰਸੂਲ ਦੀਆਂ ਸ਼ਕਲਾਂ ਦਾ ਪੁੱਤਰ ਕਾਫੀ ਦੇਰ ਤੋਂ ਥੱਕ ਗਿਆ, ਇਹ ਦੇਖ ਤਾਂ ਸਹੀ ਕਿਤਨੀ ਦੇਰ ਹੋ ਗਈ ਅਕਬਰ ਤੇਰੀ ਇੰਤਜ਼ਾਰ ਆਦਾ ਖੜੇ ਉਹ ਰੇ ਅੰਮਾ ਕਹਿ ਵੇਲੇ ਸਦਕੇ ਸ਼ਾਬਾਸ਼ 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 ਵਾਹ ਵਾਹ ਜ਼ਾਕਰੀ ਸੁਣਨ ਨਾਲ। ਹੁਣ ਬੀਬੀ ਨੇ ਸਾਦਾਤ ਕਿਰਾਮੀ ਬਜ਼ੁਰਗਾਂ ਦੀ ਨਗਰੀ ਏ ਗਦਾਈ ਵਾਲੇ ਸਾਦਾਤ ਆਲੇ ਮੁਹੰਮਦ ਦਾ ਸਦਕਾ ਆਬਾਦੋ ਸ਼ਾਦ ਰਹਿਮਨ, ਬਹੁ ਸੋਹਣਾ ਤੁਹਾਡੀ ਇਬਾਦਤ ਦਾ ਬੰਦੋਬਸਤ ਕੀਤਾ ਨੇ, ਪੂਰਾ ਸਾਲ ਮਿਹਨਤ 'ਚ ਰਹਿੰਦੇ ਨੇ, ਜਿਹੜੇ ਅਗਲੇ ਲਫ਼ਜ਼ ਹੀ ਵੇ ਕੁਰਾਨ ਦੀ ਕਸਮ ਜਿਗਰ 'ਤੇ ਆਰੇ ਚੱਲਦੇ ਨੇ, ਨਿਸ਼ਤਰ ਤਾਂ ਛੋਟਾ ਹੁੰਦੇ ਆਰੇ ਚੱਲਦੇ ਨੇ। ਫਿਜ਼ਾ ਦੀ ਗੱਲ ਸੁਣ ਕੇ ਸੈਨ ਸਜਦਾ ਮੁਖਤਸਰ ਕਰਕੇ ਸਰ ਚਾਹੇ, ਅਕਬਰ ਤੋਂ ਨਹੀਂ ਸਿੱਠਾ ਫਿਜ਼ਾ ਤੋਂ ਦੇਖ ਕੇ ਦੀ ਹੈ ਫਿਜ਼ਾ ਜਾਈ ਹੋ ਕੇ ਤੈਨੂੰ ਪਤਾ ਲੱਗ ਗਏ ਜੋ ਅਕਬਰ ਆਇਆ ਖੜੇ। ਮੈਂ ਮਾਂ ਹਾਂ, ਮਾਂ ਦੇ ਜਿਗਰ ਤੋਂ ਹੀ ਪੁੱਛੀ, ਮੈਂ ਕੋਈ ਨਹੀਂ ਪਤਾ ਜੋ ਆਇਆ ਖੜੇ। ਫਿਰ ਆਦੀ ਹੈ ਤੇ ਵੱਤ ਸਿਰ ਕਿਉਂ ਨਾ ਮੈਂ ਚਾਹੀਦੀ ਸਜਦੇ ਚੋ, ਬੀਬੀ ਆਦੀ ਹੈ ਤੂੰ ਤਾਂ ਸਮਝੇਂਦੀ ਜੋ ਛੜਾ ਮਿਲਣ ਆਇਆ ਖੜੇ।
ਮੈਂ ਕੋ ਪਤਾ ਛੜਾ ਮਿਲਣ ਨਹੀਂ ਆਇਆ ਖੜਾ, ਇਹ ਮੇਰੇ ਕੋਲ ਕੋਈ ਸ਼ੈ ਮੰਗਣ ਆਇਆ ਖੜਾ ਹੈ। ਸ਼ਾਬਾ ਸ਼ਾਬਾ ਸ਼ਾਬਾ, ਅਤੇ ਜਿਹੜੀ ਸ਼ੈ ਅਕਬਰ ਮੇਰੇ ਕੋਲ ਮੰਗਣ ਆਇਆ ਖੜਾ ਹੈ, ਮਾਂ ਮਰ ਸਕਦੀ ਏ ਸਦਕਾ ਜੀ 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 ਸਦਕਾ 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 ਜ਼ਿੰਦਗੀ ਫੇਰ ਹੋਈ ਬਚਪਨ ਸਦਕਾ। ਅਕਬਰ ਮੇਰੇ ਕੋਲ ਕੋਈ ਸ਼ੈ ਮੰਗਣ ਆਇਆ ਖੜੇ ਜੀ, ਮਾਂ ਪੁੱਤਰ ਕੋ ਕਿਵੇਂ ਦੇਵੇ ਛੇ। ਫਿਜ਼ਾ ਹੈਰਾਨ ਹੋ ਗਈ ਹੈ, ਬਈ ਉਹ ਕੀ ਹੋ ਜੇ ਚੀਜ਼ ਅਕਬਰ ਮੰਗਣ ਆਇਆ ਖੜੇ, ਜੋ ਮਾਂ ਦੀ ਹੈ ਮੈਂ ਮੌਸਮ ਵਿੱਚ ਕਿਵੇਂ। ਸੈਣ ਗੱਲ ਆ ਕਿਆ ਦੀ ਹੈ, ਫਿਜ਼ਾ ਮਿਲਣ ਦਾ ਤਾਂ ਬਹਾਨਾ ਹੈ, ਅਕਬਰ ਮੇਰੇ ਕੋਲ ਕੱਲ ਮੌਤ ਦੀ ਇਜਾਜ਼ਤ ਮੰਗਣ ਆਇਆ ਖੜੇ। ਸ਼ਾਬਾ ਸ਼ਾਬਾ ਫਿਜ਼ਾ, ਤੂੰ ਦੱਸਾ ਮਸਤ ਹੁਣ ਲੱਥੀ ਹੈ। ਵਾਹ 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 ਵਾਹ। ਫਿਜ਼ਾ ਤੇ ਮਾਂ ਦੀਆਂ ਗੱਲਾਂ ਸੁਣੀਆਂ ਅਕਬਰ, ਹੁਣ ਹੌਲੇ ਹੌਲੇ ਅਕਬਰ ਮਾਂ ਦੇ ਸੱਜੇ ਪਾਸੋਂ ਖੜਾ ਬਹਿਣਾ ਸ਼ੁਰੂ ਕੀਤਾ ਸੀ ਮਿੱਟੀ ਤੇ ਨਾ। ਮਾਂ ਉਵੇਂ ਫਿਜ਼ਾ ਨਾਲ ਗੱਲ ਹੀ ਕਰੇਂਦੀ ਬੈਠੀ ਹੈ, ਜੋ ਅਕਬਰ ਮਾਂ ਦੇ ਸੱਜੇ ਪਾਸੋਂ ਬਹਿ ਕੇ ਹੌਲੇ ਹੌਲੇ ਮਾਂ ਦੀ ਝੋਲੀਏ ਸਮਣਾ ਸ਼ੁਰੂ ਕਰ। ਅੱਲਾ ਮਾਨ, 18 ਸਾਲਾਂ 'ਚ ਅੱਜ ਪਹਿਲਾ ਮੌਕਾ ਆ ਜੋ ਸੱਕੀ ਮਾਂ ਦੀ ਝੋਲੀਏ ਸਮਾਂ। ਚਲੇ ਮੈਂ ਸਾਹਿਬ ਸੁਣਨ ਕੋਈ ਮੈਂ ਸਲਾਮ ਕਰੂੰ, ਅਤੇ ਅਕਬਰ ਵੰਨ ਸਰ ਰੱਖੇ ਮਾਂ ਦੇ ਜ਼ਾਨੂੰ ਤੇ। ਹੁਣ ਦਾਈ ਦੀਆਂ ਗਾਲੀਆਂ ਭੁੱਲ ਗਈਆਂ ਸੀ, ਅਕਬਰ ਦੀ ਲਹਿੰਦੀ ਮਸਤੇ ਝੁੱਕੀ ਏ ਬਹੁਤ ਸਾਡੇ ਕੇ ਦੀ। ਅਕਬਰ ਪੂਰੀ ਜ਼ਿੰਦਗੀ 'ਚ ਮੈਂ ਕੋ ਮਾਂ ਨੇ ਵੀ ਸੱਦਾ, ਅੱਜ ਆਖਰੀ ਰਾਤ ਏ ਵੀ ਆ, ਕੁਝ ਨਾ ਮੰਗਦੀ, ਨਾ ਤੇਰੀ ਮੈਂ ਸ਼ਾਦੀ ਦਿੱਠੀ, ਨਾ ਮੈਂ ਤੇਰੇ ਸਿਹਰੇ ਸਜਦੇ ਦਿੱਠੇ, ਨਾ ਮੈਂ ਤੇਰੇ ਦਰਵਾਜ਼ੇ ਖੁੱਲ੍ਹੇ ਦਿੱਠੇ, ਨਾ ਮੈਂ ਤੇਰੇ ਪੁੱਤਰ ਖੇਡਾ। ਸ਼ਾਬਾਸ਼ ਸ਼ਾਬਾਸ਼ ਅਕਬਰ ਮੈਂ ਕੋ ਮਾਂ ਸੱਦ, ਅਕਬਰ ਮੈਂ ਕੋ ਮਾਂ ਸੱਦ। ਲਫ਼ਜ਼ ਆਖਾਂ, ਅਕਬਰ ਮਾਂ ਦੀ ਝੋਲੀਏ ਸੁੱਤੇ 18 ਸਾਲ ਦਾ ਮਸ ਲਹਿੰਦਾ ਤੇ ਪਹਿਲੀ ਦਫ਼ਾ ਇਹਨੂੰ ਹੁਸੈਨ ਹੱਕਲ ਮਾਰੀ। ਗਾਜ਼ੀ ਜੀ ਆਕਾ, ਪਾਰਾ ਸੱਜਾਦ ਦੇ ਹਵਾਲੇ ਕਰ, ਅਮੀਰ ਕਾਸਿਮ ਦੇ ਹਵਾਲੇ ਕਰ, ਜ਼ਰਾ ਮੇਰੇ ਨਾਲ ਆਉਣਾ, ਦੇਖਾਂ ਮਸਤੂਰਾਤ ਦੇ ਖੈਮਾਂ ਦਾ ਮੁਆਇਨਾ ਕਰੂੰ, ਮਾਵਾਂ ਪੁੱਤਰਾਂ ਨਾਲ ਵਿਦਾ ਕਿਵੇਂ ਕਰਦੀਆਂ ਪਈਆਂ, ਭੈਣੀ ਫਿਰਾਵਾਂ ਨਾਲ ਕਿਹੜੀਆਂ ਗੱਲ ਹੀ ਕਰਦੀਆਂ ਪਈ। ਆਖਰੀ ਜੁਰਾਤ ਏ ਤੇ ਦੋਵੇਂ ਫਿਰਾ ਖੈਮੇ ਦੇਖਦੇ ਮੁਆਇਨਾ ਕਰੇਂਦੇ, ਦੇਖਦੇ ਤੇ ਮੁਆਇਨਾ ਕਰੇਂਦੇ। ਜਦੋਂ ਪਹੁੰਚੇ ਨਾ ਅਕਬਰ ਦੀ ਮਾਂ ਦੇ ਖੈਮਾਂ 'ਚ, ਹੁਸੈਨ ਜੀ ਹਾ ਸਾਬਿਰ ਕੋਈ ਮੰਜ਼ਰ ਦੇਖ ਕੇ ਜਿਗਰ 'ਤੇ ਹੱਥ ਰੱਖ ਕੇ 3 ਦਫ਼ਾ ਬੈਠੇਈਏ ਬਾਤ ਉੱਠਾਈਏ। ਆਦਿਨ ਗਾਜ਼ੀ ਮੈਂ ਕੋ ਗੱਲ ਆ, ਮੈਂ ਗਰੀਬ ਹੋ ਗਈ ਹਾਂ। ਅਬਾਸ ਆਦੇ ਕਿਹੜੀ ਠਈ, ਫਰਮੈਂਦਿਨ ਸਾਹਮਣੇ ਦੇਖ ਜ਼ਈਫਾ ਮਾਂ ਦੀ ਝੋਲੀਏ, ਮੇਰਾ 18 ਸਾਲਾਂ ਦਾ ਪੁੱਤਰ ਬਚਪਨ ਦੇ ਅੰਦਾਜ਼ੇ ਝੋਲੀਏ ਸੁੱਤਾ ਪਏ, ਮਾਂ ਪੁੱਤਰ ਦੀ ਲਹਿੰਦੀ ਮਸਤੇ ਬੋਸਾ ਦੇ ਕੇ ਆਦੀ ਬੈਠੀ ਹੈ ਛੇਕੜੀ ਰਾਤ ਏ, ਮੈਂ ਕੋ ਮਾਂ ਤਾਂ ਸੱਜ। ਥੱਕਣ ਵਾਲੀ ਕੌਮ, ਵਾਹ ਨਾ ਥੱਕਣ ਵਾਲੀ ਕੌਮ ਸਦਕਾ। ਅਲੀ ਅਕਬਰ ਦਾ ਮਸਾਹਿਬ ਏ, ਅਕਬਰ ਦਾ ਮਸਾਹਿਬ ਏ, ਪੂਰੀ ਫਿਜ਼ਾ ਕੋ ਸੋਗਵਾਰ ਕਰੋ, ਡੇਰੇ ਦੀ ਕੋ ਹੁਸੈਨ ਦੇ ਗਮ ਨਾ ਰੋ। ਨੌਕਰਾਂ ਸਹੀ ਨੌਕਰਾਂ ਸਹੀ ਨੌਕਰਾਂ ਸਹੀ, ਬਸ ਤਮਹੀਦ ਮੈਂ ਮੁਕਹਿੰਦਾ, ਤਮਹੀਦ ਮੁਕਹਿੰਦਾ ਪਿਆ ਦਿੱਠਾ ਵੇ। ਮੈਂ ਪਿਛਲੇ ਸਾਲਾਂ ਤੋਂ ਮਜ਼ਮੂਨ ਬਿਲਕੁਲ ਬਦਲ ਦਿੱਤਾ ਨਾ, ਸ਼ਹਿਜ਼ਾਦੇ ਅਲੀ ਅਕਬਰ ਦਾ, ਤੁਹਾਡੀ ਜ਼ਿਆਫਤ ਵਾਸਤੇ, ਹੰਝੋਂ ਦੀ ਜ਼ਿਆਫਤ ਵਾਸਤੇ। ਬਸ ਬਹੁ ਔਖੇ ਲਫ਼ਜ਼ਾਂ 'ਤੇ ਮੈਂ ਵਹਿਣ ਸ਼ੁਰੂ ਕਰਾਂ, ਨਾ ਜ਼ਿੰਦਗੀ ਦਾ ਨਹੀਂ ਪਤਾ ਕੁਰਬਾਨ ਸੀ। ਅਕਬਰ ਆਦੇ, ਅੰਮਾ ਤੂੰ ਮੈਂ ਕੁਛ ਸੱਦ, ਮੈਂ ਤਾਂ ਕੁਛ ਜਵਾਬ ਦੇ ਸਾਂ। ਬੀਬੀ ਆਦੀ, ਅਕਬਰ ਮੈਂ ਤੇਰੀ ਕੇ ਲੱਗਦੀ ਹਾਂ, ਜ਼ਿੰਦਗੀ 'ਚ ਪਹਿਲੀ ਦਫ਼ਾ ਕਰ, ਹਾਏ ਉਹ ਮੇਰੀ ਸਫ਼ਰਾਂ ਦੀ ਥੱਕੀ ਹੋਈ ਮਾਂ, ਹਾਏ ਉਹ ਮੇਰੀ ਪਰਦੇਸੇ ਮਾਂ। ਵਾਹ 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 ਵਾਹ, ਸਦਕਾ ਸਦਕਾ ਜੀ, ਨੌਕਰਾਂ ਸਹੀ ਨੌਕਰਾਂ ਸਹੀ, ਸਦਕਾ ਸਦਕਾ ਸਦਕਾ, ਹਾਏ ਉਹ ਮੇਰੀ ਪਰਦੇਸੇ ਮਾਂ, ਹਾਏ ਉਹ ਮੇਰੇ ਸਫ਼ਰਾਂ ਦੀ ਥੱਕੀ ਹੋਈ ਮਾਂ। ਮੈਂ ਸਦਕੇ ਦੀ ਜਿਹੜੇ ਲਈ ਅਕਬਰ ਕਾਫੀ ਦਫ਼ਾ ਮਾਂ ਕੋ ਮਾਂ ਸੱਦੇ ਨਾ, ਵੀ ਵਿਆਹ ਦੀ ਅਕਬਰ ਥੋੜ੍ਹੀ ਦੇਰ ਰੁਕ ਕੇ ਥਾਈ, ਪਰ ਦਾਦਾਰ ਮੈਂ ਕੋ ਆਦੇ ਆਉਂਦੇ ਹਨ, ਕਦੇ ਹੀ ਪੁੱਤਰ ਮਾਂ ਹੀ ਸਦੇ ਸੀ ਆ। ਅੱਜ ਜ਼ਰਾ ਮੈਂ ਕੋ ਸਾਰੇ ਪਰਦਾਦਾਰ ਸੱਡਣ ਦੇ, ਅਤੇ ਉਹਨਾਂ ਦੇ ਸਾਹਮਣੇ ਇੱਕ ਦਫ਼ਾ ਮੇਰੇ ਕੋਲ ਵੱਧ ਮਾਂ ਸੱਦ ਚਾ। ਬੀਬੀ ਹਰ ਖੈਮਾ 'ਚ ਵੰਨ ਕੇ ਆਦੀ, ਅਲੀ ਦੀਆਂ ਧੀਆਂ ਨੂੰ ਜ਼ਰਾ ਮੇਰੇ ਖੈਮੇ 'ਚ ਆਓ ਨਾ, ਅਕਬਰ ਦੇ ਹੋਠਾਂ 'ਤੇ ਮੇਰੇ ਵਾਸਤੇ ਲਫ਼ਜ਼ ਮਾਂ ਬਹੁਤ ਸੋਹਣਾ ਖੜਾ ਲੱਗਦਾ ਵੇ। ਰੱਬ ਦੀ ਕਸਮ ਹੈ, ਅਲੀ ਦੀਆਂ ਧੀਆਂ ਨੂੰ ਇਕੱਠੀਆਂ ਥਈਆਂ। ਬੀਬੀ ਆਦੀ, ਹੁਣ ਇਹਨਾਂ ਦੇ ਸਾਹਮਣੇ ਦੱਸ ਮੈਂ ਤੇਰੀ ਕਿ ਲੱਗਦੀ ਹਾਂ, ਅਖਬਾਰਾਂ ਦੇ ਹਾਏ ਉਹ ਮੇਰੀ ਥੱਕੀ ਹੋਈ ਮਾਂ,
ਹਾਏ ਉਹ ਮੇਰੀ ਜ਼ਈਫਾ ਮਾਂ, ਬੀਬੀਆਂ ਦੀ ਹੁਣ ਰਾਜ਼ੀ ਹੋ, ਅਕਬਰ ਮੈਂ ਕੋ ਮਾਂ ਸਦੇ ਖੁਸ਼ ਹੋ, ਅਕਬਰ ਡਿੱਠੇ ਤਾਂ ਮਾਂ ਬਹੁ ਖੁਸ਼ ਆਈ। ਅਕਬਰ ਸਮਝੇ ਜੋ ਮਹਿਸੂਸ ਕੀਤੇ ਮੌਕਾ ਇਹੋ ਇਜਾਜ਼ਤ ਦਾ, ਮਾਂ ਕੋ ਖੁਸ਼ ਦੇਖ ਕੇ ਮਾਂ ਦੀ ਗੱਲ ਕਿਆ ਦੇ, ਅੰਮਾ ਅੱਜ ਡਾਢੀ ਖੁਸ਼ ਹੈ, ਬੀਆ ਕੁਝ ਨਾ ਮੰਗਦਾ, ਮੈਂ ਕੋ ਕੱਲ ਮੌਤ ਦੀ ਇਜਾਜ਼ਤ ਦੇ। ਹੁਣ ਮੈਨੂੰ ਨਹੀਂ ਪਤਾ ਕਹਿੰਦੇ ਦਿਲ ਚ ਪੱਥਰ ਦਾ ਦਿਲ ਏ ਤੇ ਕਹਿੰਦੇ ਸੀਨੇ ਚ ਗੋਸ਼ਤ ਦਾ ਦਿਲ ਏ। ਜਿਹੜਾ ਅਕਬਰ ਆਖੇ ਨਾ ਮਾਂ ਦੀ ਇਜਾਜ਼ਤ ਜਿਹੜੀ ਹੁਣ ਤੱਕ ਆਦੀ ਆਈ, ਮੈਨੂੰ ਮਾਂ ਸਾਡ, ਮੈਂ ਤੇਰੀ ਮਾਂ ਹਾਂ, ਬਾਏ ਪਾਸੇ ਮੂੰਹ ਕਰਕੇ ਆਦੀ ਏ, ਤੈਨੂੰ ਕਹਿ ਆਖੇ ਜੋ ਮੈਂ ਤੇਰੀ ਮਾਂ ਹਾਂ। ਅਕਬਰ ਮੈਂ ਤੇਰੀ ਮਾਂ ਨਾ, ਮਾਂ ਦੀ ਇਜਾਜ਼ਤ ਗਿੰਦੇ ਤਾਂ ਉਹ ਜ਼ੈਨਬ ਦਾ ਖੈਮਾ, ਉਹ ਉਹਨੂੰ ਮੁਹੰਮਦ ਦੀ ਮਾਂ ਦਾ ਖੈਮਾ, ਉਹ ਅਲੀ ਦੀਆਂ ਧੀਆਂ ਦਾ ਖੈਮਾ। ਮੇਰੇ ਕੋਲ ਮਾਂ ਦੀ ਇਜਾਜ਼ਤ ਨਗੀਨ ਮੈਂ ਨਹੀਂ ਦੇ ਸਕਦੀ। ਸਦਕਾ ਸਦਕਾ ਸਦਕਾ, ਵਾਹ 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 ਜੀ, ਸਦਕਾ ਸਦਕਾ। ਬਸ ਭਾਈ ਬਸ ਭਾਈ, ਵਕਤ ਜ਼ਿਆਦਾ ਥੀਂਦਾ ਪਏ, ਮੈਂ ਤੇਰੀਆਂ ਹੰਝੂ ਦਾ ਸੈਲਾਬ ਬਣਾਵਾਂ। ਬਦ ਹੁਸੈਨ ਦੀ ਅਮੜੀ ਕੋਲ ਦੁਆ ਘਿੰਨੂ, ਉਹ ਮੈਂ ਸਦਕੇ ਥੀ ਪੋਸਾਂ, ਅਤੇ ਥੋੜ੍ਹੀ ਦੇਰ ਜਿਹੜੇ ਲਈ ਮੈਂ ਅਕਸਮ ਮਸਾਹਿਬ ਦੇ ਆਖਿਰ 'ਤੇ ਅਲੀ ਅਕਬਰ ਦਾ ਤਾਬੂਤ ਆਸੀ, ਅਲੀ ਅਕਬਰ ਦੇ ਸਿਹਰੇ ਆਸਨ, ਮੈਂ ਸ਼ਬੀ ਹਾਥ ਦੇਖਦਾ ਰਿਹਾ, ਬਰਾਮਦ ਥੀਂਦੀਆਂ ਬੱਚੇ ਮੁਹੱਬਤ ਜਜ਼ਬਾਤੀ ਥੀ ਕਿ ਜਲਦੀ ਉੱਠੀ ਦਿਨ। ਕੁਝ ਲੋਕਾਂ ਕੋ ਮੌਕਾ ਨਹੀਂ ਮਿਲਦਾ, ਹੌਸਲੇ ਨਾਲ ਸ਼ਬੀਹਾਤ ਦਾ ਇਸਤਿਕਬਾਲ ਕੀਤਾ, ਉਹਨਾਂ ਦਾ ਇਹਤਰਾਮ ਕੀਤਾ, ਜੋ ਉਬਾਹਲੇ 'ਚ ਜਲਦੀ ਅੱਜ ਬੇਇਹਤਰਾਮੀ ਨਾ ਥੀਵੇ, ਅਤੇ ਕਸਮ ਹੀ ਵੇ ਮੈਂ ਕੋ ਅੱਜ ਦੇ ਦਿਹਾੜੇ ਦੀ ਇਹਨਾਂ ਕੋ ਅਸਲੀ ਸਮਝਾ ਕਰੋ। ਤਾਬੂਤ ਕੋ ਮੋਢਾ ਦੇਵਣਾ ਇਵੇਂ ਹੈ ਜਿਵੇਂ ਤੂੰ ਸੱਡਾ ਹੋਈ ਵਾਲੇ ਦੀ ਇਹਨਾਂ ਦਾ ਮਈਆ ਚਾਹੇ, ਅਤੇ ਕੋਸ਼ਿਸ਼ ਕੀਤੀ ਕਰੋ ਜੋ ਸਾਰੇ ਲੋਕਾਂ ਕੋ ਮੌਕਾ ਮਿਲ ਵਣੇ ਮੋਢੇ ਦੇਵਣ ਦਾ। ਇਸ ਤੋਂ ਵੱਡੀ ਸਾਦਤ ਕਿਹੜੀ ਹੋ ਸਕਦੀ ਹੈ ਜੋ ਤੂੰ ਹੁਸੈਨ ਦੇ ਅਲੀ ਅਕਬਰ ਦੇ ਪੁੱਤਰ ਦੇ ਤਾਬੂਤ ਕੋ ਮੋਢਾ ਦੇ। ਚੁੱਪ ਮੈਂ ਕਰੋ, ਮੋਢਾ ਹੀ ਜ਼ਰੂਰ ਦਿੱਤਾ ਕਰੋ, ਮਗਰ ਇਹਤਰਾਮ ਕਾਇਮ ਰਹੇ, ਤਕਲੀਫ ਨਾ ਥੀਵੇ ਤਾਬੂਤ ਕੋ, ਮੈਂ ਸਦਕੇ ਥੀ ਪਵਾਂ। ਬਸ ਬਈ ਮੁਕਾਵਾਂ, ਮੈਂ ਮਹਿਮ ਸ਼ੁਰੂ ਕਰਾਂ। ਫੁੱਫੀ ਭੈਣ ਮਾਂ, ਇਹਨਾਂ ਕੋ ਬਹੁ ਮੁਹੱਬਤ ਹੈ ਅਲੀ ਅਕਬਰ ਨਾਲ। ਸਵਾਲ ਕਰੋ ਸਕਲੈਨ, ਤੈਂ ਤਾਂ ਆਖਾ ਜੋ ਚਾਰ ਹਸਤੀਆਂ ਕੋ ਅਕਬਰ ਨਾਲ ਬਹੁ, ਇਹ ਚੌਥਾ ਦੀ ਵੀ ਦਸਾਏ ਕੌਮ, ਇਹ ਅਕਬਰ ਦਾ ਗਰੀਬ ਬਾਬਾ ਹੁਸੈਨ ਸਦਕੇ ਸਦਕੇ। ਜਿਹੜੇ ਜਵਾਨ ਔਲਾਦਾਂ ਲੈ ਬੈਠੇ ਹੋ ਬੁੱਢੜੇ ਪਿਓ, ਅਕਬਰ ਦੀ ਜੁੱਤੀ ਦਾ ਸਦਕਾ ਔਲਾਦ ਦੇ ਦਰਦਾਂ ਤੋਂ ਮਹਿਫੂਜ਼ ਰਹੋ। ਮਿੰਬਰ ਦੀ ਕਸਮ, ਇਤਨਾ ਪਿਆਰ ਆਈ ਹੁਸੈਨ ਕੋ ਅਕਬਰ ਨਾਲ, ਅਕਬਰ ਦਾ ਬਚਪਨ ਨਹੀਂ, ਅਕਬਰ ਹਿੱਕ ਦੀਆਂ ਅੱਖ, ਬਾਬਾ ਮੇਰਾ ਅੰਗੂਰਾਂ ਤੇ ਦਿਲ, ਹੁਸੈਨ ਆ ਦਿਲ ਬੇ ਮੌਸਮੇ ਮੰਗੇ ਨਹੀਂ, ਅਕਬਰਾਂ ਦੇ ਭਾਵੇਂ ਮੌਸਮ ਨਹੀਂ ਮੈਂ ਖਾਵਣਾ ਚਾਹੁੰਦਾ। ਹੁਸੈਨ ਦੀ ਅੱਖੀ ਵਸ ਪਈਆਂ ਮਸਜਿਦ ਦੇ ਸਤੂਨ ਦੋ, ਹੱਥ ਵਧਾ ਗਿਆ ਦਿਲ ਅੰਗੂਰ ਦੇ। ਮਿੰਬਰ ਦੀ ਕਸਮ, ਮਸਜਿਦ ਦੇ ਸਤੂਨ ਚੋਂ ਅੰਗੂਰਾਂ ਦਾ ਖੁਸ਼ ਬਰਾਮਦ, ਬਚੜੇ ਦੋ ਹੱਥ ਵਧਾ ਗਿਆ ਦਿਨ ਜਿਤਨੇ ਪਸੰਦ ਨਹੀਂ ਤਾਜ਼ਾ ਅੰਗੂਰ। ਮੈਂ ਕੋ ਕਸਮ ਅਲੀ ਅਕਬਰ ਦੇ ਜਨਾਲੇ ਦਾ, 18 ਸਾਲ ਪੁੱਤਰ ਜਿਹੜੀ ਫਰਮਾਇਸ਼ ਕਰੇਂਦਾ ਹੁਸੈਨ ਫੌਰਨ ਪੂਰੀ ਕਰੇਂਦਾ। ਅੱਲਾ ਜਾਣੇ ਉਹ ਵੇਲੇ ਕਿਹੜੀ ਹਾਲਤ ਆਏ, ਜਿਹੜਾ 10ਵੀਂ ਦਾ ਨਹੀਂ ਹੈ। ਅਕਬਰ 3 ਦਫਾ ਕਹਿ, ਬਾਬਾ ਮੈਂ ਜੰਗ ਕਰਕੇ ਥੱਕ ਪਿਆ, ਪਾਣੀ ਹੋ ਗਿਆ। ਅਕਬਰ ਉਹ ਵੇਲੇ ਮੰਗੇ ਜਦਾ ਤ੍ਰਿਸ਼ਾ ਦੀਏ ਫੁਰਾਤ ਕਬਲੇ, ਅਕਬਰ ਪਾਣੀ ਤਾ ਜਿਹੜਾ ਸਦਕੇ। ਸ਼ਾਬਾਸ਼ 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 ਸ਼ਾਬਾ, ਵਾਹ ਨਾ ਥੱਕਣ ਵਾਲੀ ਕੌਮ, ਹੁਸੈਨ ਦੇ ਸੋਹਣੇ ਬਚੜੇ ਦਾ ਮਸਾ। ਮਿੰਬਰ ਦੀ ਕਸਮ, ਜਿਹੜਾ ਹੁਸੈਨ ਪੂਰੀ ਜ਼ਿੰਦਗੀ ਅਕਬਰ ਦੀ ਕੋਈ ਫਰਮਾਇਸ਼ ਰੱਦ ਨਹੀਂ ਕਰੇਂਦਾ, ਅੱਲਾ ਜਾਣੇ ਉਹ ਵੇਲੇ ਕੇ ਹਾਲਾਤ ਉਹਦੇ। ਜਿਹੜਾ ਜਵਾਨ ਪੁੱਤਰਾ ਗੱਲ, ਬਾਬਾ ਮੈਂ ਕੋਈ ਜੰਗ ਥਕਾ ਦਿੱਤਾ,
ਬਾਬਾ ਪਾਣੀ ਹੋਵੇ ਆ ਮੈਂ ਇਹੋ ਜਿਹੀ ਜੰਗ ਕਰਾਂ ਜੋ ਇਹਨਾਂ ਕੋ ਦਾਦਾ ਲਈ ਯਾਦ ਨਹੀਂ ਵਾ ਹੁਸੈਨ ਆ ਦਿਨ ਅਕਬਰ ਮੇਰੇ ਕੋਲ ਪਾਣੀ ਤਾਂ ਕੋਈ ਨਹੀਂ ਮੇਰੇ ਕੋਲ ਆ ਮੈਂ ਤੇਰੀ ਤ੍ਰੇਹ ਦਾ ਬੰਦੋਬਸਤ ਕਰੇ ਹੁਸੈਨ ਸੱਜੇ ਹੱਥ ਦੀ ਅੰਗਲੇ ਚੋਂ ਇੱਕ ਅੰਗੂਠੀ ਬਰਾਮਦ ਖੋਲੀਏ ਲਹਾਈਏ ਯਾਕੂਬ ਦੀ ਅੰਗੂਠੀ ਆਈ ਫਰਮੈਨੇ ਅਕਬਰ ਹੀ ਕੁਚੂਸ ਤੇਰੀ ਤ੍ਰੇਹ ਖਤਮ ਹੋਵੇ ਅਕਬਰ ਚੂਸਣ ਦੇ ਬਾਅਦ ਆਦੇ ਅੱਜਾ ਨਹੀਂ ਮੁੱਕੀ ਹੁਸੈਨ ਆਦੇ ਮੇਰੇ ਗੱਲ ਚ ਬਾਹੀ ਪਾ ਅਕਬਰ ਗੱਲ ਚ ਬਾਹੀ ਪਾਈਆਂ ਸੈਦ ਆਦੇ ਮੇਰੀ ਜ਼ਬਾਨ ਚੂ ਅਕਬਰ ਆਦੇ ਮੇਰੀ ਜ਼ਬਾਨ ਕੋਲੋਂ ਤੇਰੀ ਜ਼ਬਾਨ ਜ਼ਿਆਦੀ ਕਰਾ ਬਾਬਾ ਤੁਸਾਂ ਮੇਰੇ ਕੋਲੋਂ ਢੇਰ ਤਰਸੇ ਸ਼ਾਬਾਸ਼ 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 ਜੀ ਜੀ ਜਵਾਨੀ ਮਾਣੇ ਮਾਤਮੀ ਜਜ਼ਬਾਤੀ ਨਾ ਥੀ ਹੋ ਮਾਤਮੀ ਜਜ਼ਬਾਤੀ ਨਾ ਥੀ ਹੋ ਹੁਸੈਨ ਦੇ ਸੋਹਣੇ ਬਚੜੇ ਦਾ ਮਸਾਹਿਬ ਮਿੰਬਰ ਦੀ ਕਸਮ ਅਕਬਰ ਦੀ ਸ਼ਹਾਦਤ ਹਰ ਕੋਈ ਰੁਆਏ ਕਾਇਨਾਤ ਭੇਣ ਤੇ ਜ਼ਿਆਦਾ ਅਸਰ ਭੇਣ ਦੀ ਕਮਰ ਠੁੱਕ ਗਈ ਆਲੀ ਹੁਸੈਨ ਤੇ ਜ਼ਿਆਦਾ ਅਸਰ ਮਾਂ ਤੇ ਜ਼ਿਆਦਾ ਅਸਰ ਪੁੱਛੋ ਸਕਲੈਨ ਅਕਬਰ ਦੇ ਦੀਨ ਛੋੜਨ ਦਾ ਬਾਬੇ ਤੇ ਕਿਹੜਾ ਅਸਰ ਹੋਇਆ ਰੱਬ ਦੀ ਕਦਮ ਜਦੋਂ ਅਕਬਰ ਆਖਰੀ ਟਾਈਮ ਆ ਗਏ ਬਾਬਾ ਮੈਂ ਲਾਹੇ ਗਈ ਆ ਹੁਸੈਨ ਦਾ ਦਿਨ ਬਚੜਾ ਉਬਾਲਾ ਨਾ ਸੀ ਮੈਂ ਵੀ ਆਂਦਾ ਪੀ ਆ ਪੁੱਛੋ ਸਕਲੈਨ ਹੁਸੈਨ ਤੇ ਅਸਰ ਕਿਹੜਾ ਹੋਏ ਅੱਜ ਮੇਰੇ ਕੋਲ ਕੁਰਾਨ ਹੋਵੇ ਆ ਮੈਂ ਸਰ ਤੇ ਚਾਹ ਕੇ ਆਖਾਂ 57 ਸਾਲ ਗਰੀਬ ਦੀ ਉਮਲੇ ਉਮਰ ਆਈ ਕੋਈ ਕੋਈ ਵਾਲ ਹੁਸੈਨ ਦੀ ਦਾੜੀ ਚਿੱਟਾ ਬਈ ਸਾਰੀ ਦਾੜੀ ਕਾਲੀ ਆਈ ਖੈਮਾ ਚ ਟੁਰੇ ਤਾਂ ਦਾੜੀ ਕਾਲੀ ਆਈ ਸਰ ਕਾਲਾ ਜਦੋਂ ਮਖਤਲੇ ਚਕਬਰ ਕੋ ਲਾਏ ਲਾਵੇ ਚ ਦਾੜੀ ਸਫੈਦ ਹੋ ਸਾਰਾ ਸਰ ਸਫੈਦ ਹੋ ਗਏ ਹਕਲਾ ਮਾਰ ਕੇ ਆਦਵਦ ਕਹੇ ਡਿੱਠਾ ਹੋਵੇ ਮੈਦੇ ਅਕਬਰ ਕੋ ਸਦਕੇ ਮਸਜਿਦ ਯਕ ਸਾਥੂ ਵਾਹ 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 ਜੀ ਜੀ ਮਜਾਲ 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 ਸਦਕਾ ਸਦਕਾ ਜੀ ਨੌਕਰਾਂ ਸਾਈਂ ਨੌਕਰਾਂ ਸਾਈਂ ਨੌਕਰਾਂ ਜੀ ਮਜਾਲ ਨੌਕਰਾਂ ਸਾਈਂ ਨੌਕਰਾਂ ਜ਼ਿੰਦਗੀ ਦਾ ਨਹੀਂ ਪਤਾ ਪਤਾ ਨਹੀਂ ਆਸਮਾਨ ਡੱਠਾ ਕਿਉਂ ਨਾ ਜ਼ਮੀਨ ਖਤਮ ਕਿਉਂ ਨਾ ਥਈ ਪੂਰੇ ਇਲਾਕੇ ਡਿਵੀਜ਼ਨ ਦਾ ਸਰੈਕੀ ਇਲਾਕੇ ਦਾ ਪੂਰੇ ਪੂਰੇ ਸਰੈਕੀ ਬੈਲਟ ਦਾ ਨੁਮਾਇੰਦਾ ਮਜਮੇ ਮਜਲੇ ਸਹਿਜ ਸਵਾਲ ਕਰੋ ਸਕਲੈਨ ਹੁਸੈਨ ਦਾ ਜੋ ਇਹਦਾ ਵੱਡਾ ਨੁਕਸਾਨ ਹੋਏ 9 ਲੱਖ ਮੁਸਲਮਾਨ ਹੈ ਕਈ ਮੁਕਾਣੀ ਗਰੀਬ ਕੋ ਦਿੱਤੀ ਹੈ ਜਾਂ ਕੋਈ ਨਾ ਰੱਬ ਦੀ ਕਸਮ ਮੁਸਲਮਾਨ ਨਾਲੋਂ ਹੱਸਦੇ ਲੰਘਵੇਂਦੇ ਆ ਹੁਸੈਨ ਦਾ ਅਕਬਰ ਕੀਤਾ ਲੱਤੇ ਬਗੈਰ ਤਾੜੀਆਂ ਬਰੇਂਦੇ ਲਗਵੇਂਦੇ ਸ਼ੇਖ ਅਬਦੁਲ ਅਲੀ ਹਿਰਵੀ ਕੋਲੋਂ ਕਹਿ ਪੁੱਛੇ ਹੁਸੈਨ ਕੋ ਕਹਿ ਬਚੜੇ ਦੀ ਮੁਖਾਂ ਦਿੱਤੀ ਹੈ ਜਾਂ ਕੋਈ ਨਾ ਰੋ ਕੇ ਆਦੇ ਅਕਬਰ ਦੇ ਘੋੜੇ ਦਾ ਸ਼ੁਕਰੀਆ ਅਦਾ ਕੀਤਾ ਕਰੋ ਹੁਸੈਨ ਬਚੜਾ ਵਧਾ ਗੁਲੈਂਦੇ ਜੋ ਘੋੜਾ ਸਾਹਮਣੇ ਆ ਕਰੇ ਆਦੇ ਅਕਬਰ ਦੀ ਮੁਖਾਂ ਚੱਲ ਮੈਂ ਹੈਵਾਨ ਪਰਚਾਵਣ ਹੁਸੈਨ ਦਿਲ ਪਹਿਲੇ ਮੈਂ ਕੋ ਗੱਲ ਚ ਬਹੀ ਪਾਵਣ ਦੇ ਘੋੜੇ ਦੇ ਗੱਲ ਚ ਬਹੀ ਪਾਈ ਖੜੇ ਰੋ ਕੇ ਆਦਾ ਖੜੇ ਇੱਕ ਸਨ ਜ਼ਈਫੀ ਦੂਜਾ ਮੁਲਕ ਪਰਾਇਆ ਤੀਜਾ ਆਸਰਾ ਭੱਜ ਗਿਆ ਮੈਂ ਹੱਥੋਂ ਬਾਦ ਸਦਕਾ ਸਦਕਾ ਜੀ ਜੀ ਜਵਾਨ ਜੀ ਜਵਾਨ ਜ਼ਿੰਦਗੀ ਢੇਰ ਹੋਵੇ ਲਈ ਅਕਬਰ ਦੀ ਜੁੱਤੀ ਦਸਾਇਆ ਹੋਵੇ ਮਾਥੂ ਜੀ ਹੌਸਲਾ ਜਵਾਨ ਹੌਸਲਾ ਜਵਾਨ ਨੌਕਰਾਂ ਜੀ ਹੌਸਲਾ ਹੌਸਲਾ ਹੁਸੈਨ ਘੋੜੇ ਦੇ ਗੱਲ ਚ ਬਾਈ ਪਾਈ ਖੜੇ ਆਦੇ ਖੜੇ ਨੇ ਇੱਕ ਸਨ ਜ਼ਈਫੀ ਦੂਜਾ ਮੁਲਕ ਪਰਾਇਆ ਤੀਜਾ ਆਸਰਾ ਭੱਜ ਗਿਆ ਸੈਯਦਾਂ ਦੇ ਮੈਂ ਹੱਥੋਂ ਬਾਦ ਉਡਾ ਬੈਠਾ ਕਿਆ ਤੇ ਕਿਆ ਥੀ ਗਿਆ ਜਵਾਨ ਬਚੜਾ ਹੁਸੈਨ ਮੈਦਾਨ ਚ ਗੁਲੇਂਦੇ ਵੱਧਦੇ ਨੇ ਕਈ ਵੇਲੇ ਸੱਜੇ ਫੜਦੇ ਨੇ ਕਈ ਵੇਲੇ ਖੱਬੇ ਫੜਦੇ ਨੇ ਹੁਣ ਮਰਦਾ ਤਾਂ ਕੋਈ ਮਰ ਵੰਨੇ ਸਾਡਾ ਖੂਨ ਸਾਡੇ ਰੂਹ ਅਕਬਰ ਦੀ ਜੁੱਤੀ ਦਾ ਸਦਕਾ ਨਾ ਮਰਨ ਗਈ ਤਾਂ ਮਾਹੌਲ ਮਰ ਗਈ ਪਹਿਲੇ ਤਾਂ ਹੁਸੈਨ ਤੁਰਦੇ ਆਏ ਜਦੋਂ ਚੰਦ ਕਦਮ ਨੇੜੇ ਆਏ ਬੁੱਢੜਾ ਪਿਊਆ ਜਵਾਨ ਪੁੱਤਰਾ ਟੁਰਨ ਦੀ ਤਾਕਤ ਮੁੱਕ ਗਈ ਹੈ ਅਗਲੇ ਕਦਮ ਹੁਸੈਨ ਕਿਵੇਂ ਆਏ
صدقہ صدقہ اکبر دی جتی دا صدقہ تہاڈے جوان محفوظ رہن اکبر دی جتی دا صدقہ جواناں دے دکھ جی جی ضعیف پیو ہا نا نہیں اکبر دا صدقہ جواناں دا غم نہ دیکھو ہن حسین اکبر دے کول آئے ممبر دی قسم حسین دل اکبر بابا آ گئی سات دفعہ حسین آکھے اکبر 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 ایک دفعہ بند کھول گیا دے جیو میرا غریب بابا جوان ہو جائے اکبر والا اکھ بند کی دیا حسین نال بہ گئے اکبر دے منہ تے منہ رکھ گیا دے بہو او کھایا تیری لاش اتے میرا اکبر پتر جوانے میں جاندا تو ماتم کرنا یار ماتم کرنا حسین دے سونے بچڑے دا ہائے اکبر ہائے اکبر مہمان سیدہ دے بہو او کھایا ماتم کر یار سینہ پیارا نہ کر نہ کر سینہ پیارا سیدہ دے بہو او کھایا تیری لاش اتے اکبر پتر جوانے سیدہ دے میں جان دا تو او کھال تھے میں دلا دے دا مہمان حسین آدن میں دے نال علا میں کو کچھ نہیں دس دا میں دلا دے دا آو گھنو تابوت آو گھنو تابوت آو گھنو اکبر دا تابوت محسن جاد سکلین اباہل نہ کر میں کو حسین دے سونے بچڑے دی برچی سنا میں کو پنجی سال ہو گئے تاریخ کربلا پڑھ دیا میں فیصلہ نہ کر سکتا جو برچی غریب کتھاں کڈھی ہے مگر ایو کو جادا جہڑے لے برچی کڈھی ہے اکلی برچی نہیں آئی برچی نال کوئی بیش ہے آئیے سیدہ دے اکبر دے پال رالی میرے اکبر دا جگر باہر آ گئے او میرے اکبر دا جگر دے دے نال آ گئے آلا پیا اللہ وسایا ذرا دا جایا بچڑے دے سینے تو ذرا ہاتھ کو جا جا بی بی آدھیے میں ہاں ملے سا میں ہاں ملے سا ماتم حسین ماتم حسین بی بی آدھیے میں ہاں ملے سا میں ہاں ملے سا تو پرچی کڑ گئے جو اچانک اکبر دے تابوت سکینہ آ گئی ہے بی بی زینب گل من لگی ہے رو گیا دیا میں کو گل نہ لاو میں کو گل نہ لاو یہ منت لاو میرا ویر مر گئے میرے دور لاچا آدھیے بنے کوئی مدینے بنے کوئی مدینے سغرا کوئی آنکھے تیرا ویر مر گئے ہن تاں گالاں